ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰੇ ਵਧੀਆ ਹੋਣਗੇ ਅਤੇ ਵੈਲਕਮ ਬੈਕ ਹੈ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਅਤੇ ਅੱਜ ਆਪਾਂ ਜਾ ਰਹੇ ਹਾਂ ਲਿਸਚਰ ਪਾਰਕ। ਮੌਸਮ ਠੀਕ ਸੀ ਅੱਜ, ਹੁਣੇ ਮੀਂਹ ਪੈ ਕੇ ਹਟਿਆ ਬਾਹਰ, ਮੌਸਮ ਤੁਸੀਂ ਪਿੱਛੇ ਦੇਖੋ ਵਧੀਆ ਮੌਸਮ ਅੱਜ। ਅਤੇ ਮੈਂ ਵੀ ਅੱਜ ਟਾਈਮ ਨਾਲ ਕੰਮ ਤੋਂ ਆ ਗਿਆ ਸੀ, ਮੈਂ ਕਿਹਾ ਚਲੋ ਚੱਲਦੇ ਹਾਂ ਬਾਹਰ ਘੁੰਮ ਫਿਰ ਕੇ ਆਉਣਾ। ਜਵਾਕਾਂ ਨੂੰ ਗੱਡੀ ਦੇ ਵਿੱਚ ਇੱਦਾਂ ਭਜਦਾ, ਇੱਦਾਂ ਸ਼ੀਟ ਲੱਗੀ ਹੁੰਦੀ ਆ, ਨਾਲ ਸ਼ੀਟ ਬੈਲਟ ਲਾਉਣੀ ਹੁੰਦੀ ਜਿਨ੍ਹਾਂ ਨੂੰ ਨਹੀਂ ਪਤਾ, ਬਾਕੀ ਜਿਹੜੇ ਇੱਥੇ ਰਹਿ ਰਹੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ। ਅਤੇ ਆਪਾਂ ਇਹਦੇ ਤੋਂ ਬਗੈਰ ਜਵਾਕ ਨੂੰ ਗੱਡੀ 'ਚ ਨਹੀਂ ਪਾ ਸਕਦੇ, ਅਤੇ ਜੇ ਕਿਤੇ ਪੁਲਿਸ ਵੇਖ ਲੈਂਦੀ ਤਾਂ ਇਹਦਾ ਚਲਾਨ ਕੱਟਿਆ ਜਾਂਦਾ, ਅਤੇ ਹੋ ਸਕਦਾ ਫਾਈਨ ਵੀ ਪਾ ਦੇਣ ਅਤੇ ਪੇਮੈਂਟ ਵੀ ਲਾ ਦੇਣ ਲਾਇਸੈਂਸ 'ਤੇ। ਆਹ ਹੈਗੀ ਪਾਰਕ, ਲਿਸਚਰ ਪਾਰਕ, ਜਿੱਥੇ ਮੇਨਲੀ ਮੈਂ ਆਉਂਦਾ ਹੀ ਰਹਿੰਦਾ ਜ਼ਿਆਦਾਤਰ। ਆਹ ਇੱਦਾਂ ਹੈਗਾ, ਇੱਦਾਂ ਦੀ ਹੈ ਸਾਰੀ, ਅਤੇ ਉਹ ਸਾਹਮਣੇ ਆ ਪਾਰਕ। ਇਹਦੇ ਫੁੱਲ ਬਹੁਤ ਸੋਹਣੇ ਆ ਦੇਖਿਓ। ਯੂਜਲੀ ਮੈਂ ਇੱਥੇ ਆਉਂਦਾ ਹੀ ਰਹਿੰਦਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਅਤੇ ਅੱਜ ਆਏ ਅਸੀਂ ਖੇਡਣ, ਉਹ ਪਰੇ ਫੁਹਾਰੇ ਫੁਹਰੇ ਲੱਗੇ ਆ, ਆਪਾਂ ਹੁਣ ਉੱਧਰ ਚੱਲਦੇ ਹਾਂ ਅਤੇ ਗਰੀਨਰੀ ਥੋੜ੍ਹੀ ਜਿਹੀ ਦਿਖਾ ਕੇ ਫਿਰ ਇਹਨੂੰ ਕਢਾਉਂਦੇ ਹਾਂ ਉੱਥੇ ਥੱਲੇ ਖੜ ਕੇ ਪਾਰਕ ਦੇ ਵਿੱਚ। ਅਤੇ ਇੱਧਰ ਦਾ ਵਿਊ, ਆਹ ਫੁਹਾਰੇ ਫੁਹਰੇ ਲੱਗੇ ਨੇ ਇੱਥੇ, ਉਹ ਪਰੇ ਪੌੜੀਆਂ ਤੋਂ ਪਾਣੀ ਜਿਹਾ ਡਿੱਗਦਾ। ਇਹ ਪਬਲਿਕ ਪਲੇਸ ਆ ਜਿੱਦਾਂ ਪਾਰਕ, ਅਤੇ ਆਪਣੇ ਪਿੰਡਾਂ ਪੁੰਡਾਂ 'ਚ ਤਾਂ ਨਹੀਂ ਹੈ, ਬਾਕੀ ਇੱਥੇ ਸਾਰੇ ਨੋਰਮਲੀ ਹਰ ਪਿੰਡ ਦੇ ਵਿੱਚ ਵੀ ਹਰ ਸਿਟੀ ਦੇ ਵਿੱਚ ਵੀ ਬਣੀਆਂ ਹੈਗੀਆਂ ਨੇ ਇੱਦਾਂ ਦੀਆਂ ਪਾਰਕਾਂ। ਵੀ ਕਿਉਂਕਿ ਇੱਥੇ ਪਤਾ ਕੀ ਗੱਲ ਆ, ਜਿੱਦਾਂ ਆਪਣੇ ਹੁਣ ਪੰਜਾਬ ਦੇ ਵਿੱਚ ਖੁੱਲ੍ਹੀ ਜਗ੍ਹਾ ਹੈ, ਪਿੰਡਾਂ ਦੇ ਵਿੱਚ ਖੁੱਲ੍ਹੀ ਜਗ੍ਹਾ, ਇੱਥੇ ਖੁੱਲ੍ਹੀ ਜਗ੍ਹਾ ਹੈ ਬਹੁਤ ਘੱਟ ਆ ਮੇਰੇ ਦੇਖਣ ਨੂੰ। ਅਤੇ ਵੀ ਕਿਤੇ ਬਹਿਣ ਬਹੁਣ ਨੂੰ ਜਿੱਦਾਂ ਹੁਣ ਆਪਣੇ ਸੱਥਾਂ 'ਚ ਬਹਿ ਜਾਂਦੇ ਨੇ ਜਾਂ ਕਿੱਦਾਂ, ਇੱਥੇ ਬੈਠਣ ਬੁੱਠਣ ਨੂੰ ਨਹੀਂ, ਫਿਰ ਲੋਕ ਇੱਥੇ ਪਾਰਕਾਂ 'ਚ ਹੀ ਆਉਂਦੇ ਨੇ ਜ਼ਿਆਦਾਤਰ। ਅਤੇ ਇੱਥੇ ਪਾਰਕਾਂ 'ਚ ਆਪਣੇ ਬੱਚੇ ਬੁੱਚੇ ਵੀ ਲੈ ਕੇ ਇੱਥੇ ਹੀ ਆਉਂਦੇ ਨੇ, ਇੱਥੇ ਹੀ ਖਿਡਾਉਂਦੇ ਨੇ ਬੱਚਿਆਂ ਬੁੱਚਿਆਂ ਨੂੰ ਵੀ। ਅਤੇ ਆਹ ਦੇਖਿਓ ਹੁਣ, ਯੇ ਕੀ ਕਰਦਾ ਸੀ ਤੂੰ, ਹੈਂ ਕੀ? ਉਹ ਪੰਘੂੜੇ ਇੱਧਰ ਸੀ, ਇੱਧਰ ਨਹੀਂ ਆ, ਪੰਘੂੜੇ ਇੱਧਰ ਸੀ। ਆਜੋ 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 ਆਜੋ, ਇਹ ਖੋਲਦਾ ਨਹੀਂ ਸੀ ਪਾਪਾ ਕੋ, ਖੋਲਦਾ, ਆਜੋ 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 ਅੰਦਰ ਆਜੋ। ਅੱਛਾ ਬੰਦ ਕਰਨਾ, ਆਉਣਾ ਨਹੀਂ ਅੰਦਰ, ਨਹੀਂ ਆਉਣਾ ਅੰਦਰ, ਨਹੀਂ ਸੀ ਆਉਣਾ। ਇਹ ਜੇਲ੍ਹ 'ਚ ਸਾਡਾ ਕੈਦੀ ਫੜਿਆ ਗਿਆ ਹੈ, ਅਸੀਂ ਮੁਲਾਕਾਤ ਕਰਨ ਆਏ ਹੋਏ ਹਾਂ ਸਾਡੇ ਕੈਦੀ ਦੀ। ਫਾਲੋ ਇਹਨ, ਇਹ ਫਾਲੋ ਇਹਨ, ਇਹ ਨੋਜੀ ਵੜਦੀ ਤੇਰੀ ਜੂੜੀ, ਕਿੱਥੇ ਤੇਰੀ ਜੂੜੀ, ਕਿੱਥੇ ਮੇਰੇ ਪੁੱਤ ਦੀ ਜੂੜੀ? ਬੋਲ, ਇੱਥੇ ਬੋਲ ਨੂੰ ਵੀ ਉੱਠ ਦੇਣੇ ਆ, ਹੈਂ ਜੀ।
ਆਜੋ 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 ਆਜਾ 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 ਭੱਜ ਗਏ ਭੱਜ ਗਏ। ਛੋੜ ਦੇ ਬਾਲ ਛੋੜ ਦੇ ਬਾਲ ਛੋੜ ਦੇ ਨਾ ਪਹਿਲਾਂ ਹੱਥ ਰੱਖੀ ਮਾੜਾ ਜਿਹਾ ਪਰਿਓ ਹੱਥ ਰੱਖੀ ਪਰਿਓ ਮਾੜਾ ਜਿਹਾ ਓਈ ਹਾਂ ਇੱਥੇ ਸਾਰੇ ਦੇ ਨੇ ਇੱਧਰ ਜਵਾਕ ਵੀ ਦੇ ਨੇ ਇੱਧਰ ਇੱਥੇ ਜਵਾਕ ਮਿੱਟੀ ਨਾਲ ਖੇਡਣ ਤੋਂ ਤਰਸਦੇ ਨੇ ਮਿੱਟੀ ਲਈ ਬਣਾਇਆ ਮਿੱਟੀ ਖੇਡਣ ਨੂੰ ਹਾਂ ਇਹਦਾ ਐਂਟਰੀ ਗੇਟ ਅਤੇ ਸ਼ੇਰ ਭਾਏ ਨੇ ਇਹਨਾਂ ਨੇ ਦੋਵੇਂ ਸਾਈਡ ਆਪਾਂ ਜਾਣਾ ਹੁਣ ਇੱਧਰ ਪਿੱਛੇ ਵਾਲੀ ਸਾਈਡ ਹਾਂ ਛੋਟੀ ਜਿਹੀ ਲੇਕ ਜੀ ਹੈ ਹਾਂ ਚੈੱਕ ਕਰੋ ਇੱਧਰ ਲੇਕ ਜੀ ਹੈ ਅਤੇ ਇਹਦੇ ਆਲੇ ਦੁਆਲੇ ਆ ਭਗਤਾਂ ਇੱਕ ਅਤੇ ਆਓ ਸਾਹਮਣੇ ਬੋਟਾਂ ਦੀਦੀਆਂ ਇਹਦੇ ਬੋਟ ਵੀ ਚੱਲਦੀ ਆ ਅਸੀਂ ਆਏ ਸੀ ਇਹ 13 ਪਾਉਂਡ ਅਸੀਂ ਦਿੱਤੇ ਸੀ ਫੈਮਿਲੀ ਦੇ ਅਸੀਂ ਸੀ 4 ਜਾਣੇ ਅਤੇ 2-3 ਜਾਣੇ ਅਡਲਟ ਅਤੇ 2 ਜਵਾਕ ਸੀ ਫੈਮਿਲੀ ਦੇ ਅਸੀਂ ਦਿੱਤੇ ਸੀ 13 ਪਾਉਂਡ ਅਤੇ ਵੈਸੇ ਮੇਰੇ ਖਿਆਲ ਨਾਲ 3 ਜਾਂ 4 ਪਾਉਂਡ ਦੀ ਟਿਕਟ ਆ ਉਹ ਬੋਟਾਂ ਦੀ ਬੋਟ ਚਲਾ ਸਕਦੇ ਹਾਂ ਇਹਦੇ 'ਚ ਆਪਾਂ ਆ ਕੀ ਆ ਚੂਹੇ ਬੜੇ ਤਗੜੇ ਇੱਥੇ ਉਹ ਉਤਰ ਗਈਆਂ ਡਰ ਗਈਆਂ ਇਹਨਾਂ ਦੇ ਨਜ਼ਾਰੇ ਲਾਓ ਇਹ ਚੱਲ ਮਾਰ ਛਾਲ ਚੱਲ ਤੂੰ ਵੀ ਛਾਲ ਮਾਰ ਇਹ ਨਹੀਂ ਮਾਰਨੀ ਅੱਜ ਨਹੀਂ ਨਹਾਉਣਾ ਮਾਰਦੇ ਇਹ ਕਿਉਂ ਮਾਰਦੀ ਓਏ ਚੱਲ ਪਈਆਂ ਲੈਣ ਬਾਈ ਜੀ ਇਹਦੇ ਆਲੇ ਸਵਾਲੇ ਟਰੈਕ ਬਣਿਆ ਦੂਜਾ ਵਾਕਿੰਗ ਵਾਸਤੇ ਵੀ ਆਪਾਂ ਆਲੇ ਦੁਆਲੇ ਵਾਕ ਕਰ ਸਕਦੇ ਹਾਂ ਅਤੇ ਕਾਫੀ ਵੱਡੀ ਆ ਪਾਰਕ ਇਹ ਪਰ ਕਾਫੀ ਪਰੇ ਨੂੰ ਮਿਲ ਜਾਂਦੀ ਆ ਹੁਣ ਆਪਾਂ ਆ ਗਏ ਹਾਂ ਦੂਜੀ ਸਾਈਡ ਅਤੇ ਹੁਣ ਉਹਦੇ ਕੋਲ ਚੱਲਦੇ ਹਾਂ ਭਲਵਾਨ ਕੋਲ ਉਹਨੂੰ ਘੜੀ ਖਡਾਉਣਾ ਹੈ ਮੈਂ ਵੀਡੀਓ ਦੇ ਚੱਕਰ 'ਚ ਪਿਆ ਹੋਇਆ ਉਹਨੂੰ ਘੜੀ ਖਡਾ ਕੇ ਆਉਣਾ ਹੈ ਚਲੋ ਲੈਟਸ ਗੋ ਚੱਲ ਬੰਬ ਫਟਾ ਦੇ ਬੰਬ ਕਰਦੇ ਫੇਰ ਕਰਦੇ ਇਹ ਚਲੋ ਠਾ ਕਰਦੇ ਚਲ ਆਜੋ ਬਸ ਕੀ ਚਾਹੀਦਾ ਫੋਨ ਨਹੀਂ ਮਿਲਣਾ ਆ ਲੈ ਬੋਲ ਲੈ ਲਾ ਬੋਲ ਆ ਲੈ ਬੋਲ ਲੈ ਲਓ ਛੋੜ ਦੇ ਚਾ ਬੋਲ ਛੋੜ ਦੇ ਆਪਾਂ ਲੈਂਦੇ ਹਾਂ ਹੁਣ ਝੂਟੇ ਹਨੇਰਾ ਹੋ ਗਿਆ ਕਾਫੀ ਟਾਈਮ ਵੀ ਕਾਫੀ ਹੋ ਗਿਆ ਹੁਣ ਹਨੇਰਾ ਹੋ ਗਿਆ ਕਾਫੀ ਨੋਰਮਲੀ ਦਿਨ ਚੇਂਜ ਹੋ ਗਏ ਨੇ ਹੁਣ ਵੈਸੇ ਪਹਿਲਾਂ ਤਾਂ 10-11 ਵਜੇ ਤੱਕ ਹਨੇਰਾ ਨਹੀਂ ਸੀ ਹੁੰਦਾ ਅਤੇ ਦਿਨ ਹੀ ਹੁੰਦਾ ਸੀ ਹੁਣ ਦਿਨ ਹੌਲੀ ਹੌਲੀ ਚੇਂਜ ਹੁੰਦੇ ਜਾਂਦੇ ਨੇ ਅਤੇ
ਹੁਣ ਥੋੜ੍ਹੇ ਕੁ ਦਿਨਾਂ ਬਾਅਦ ਵੇਖਿਓ 4 ਵਜੇ ਨਾਲ ਹੀ ਐਂ ਦਿਨ ਵੀ ਹਨੇਰਾ ਹੋ ਜਾ ਕਰਨਾ, ਅਤੇ ਅੱਜ ਵੀ ਕਾਫੀ ਟਾਈਮ ਦਾ ਫਰਕ ਪੈ ਗਿਆ। ਅਤੇ ਹੁਣ ਆਪਾਂ ਵੀ ਬਸ ਚੱਲੇ ਸੀ, ਉਹ ਭਲਵਾਨ ਦਿਆ ਸੀ ਖੇਡਣ ਪਿੱਛੇ, ਅਤੇ ਬਸ ਹੁਣ ਆਪਾਂ ਚੱਲਦੇ ਹਾਂ ਇੱਥੇ ਨਾ ਚਾਨਣ ਦਾ, ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਇੱਥੇ ਉਹਨਾਂ ਨੂੰ ਤਾਂ ਪਤਾ, ਜਿਹੜੇ ਨਹੀਂ ਇੱਥੇ ਆਉਣਗੇ ਕੁਝ ਕੁ ਨੀਹਾਂ ਨੂੰ ਕਿੰਨਾ, ਜਿਹੜੇ ਇੱਥੇ ਨਹੀਂ ਆਉਣਗੇ ਉਹਨਾਂ ਨੂੰ ਨਹੀਂ ਪਤਾ ਹੋਣਾ। ਅਤੇ ਜਿੱਦਾਂ ਕਿ ਮੈਨੂੰ ਜਦੋਂ ਮੀਡੀਆ ਤੋਂ ਆਇਆ ਸੀ ਮੈਨੂੰ ਵੀ ਨਹੀਂ ਸੀ ਪਤਾ ਇਸ ਚੀਜ਼ ਬਾਰੇ ਵੀ ਇੱਥੇ ਹਨੇਰਾ ਜਿਹੜਾ ਛੇਤੀ ਹੋ ਜਾਂਦਾ, ਹਨੇਰਾ ਇੱਥੇ 4 ਵਜੇ ਹੀ ਹੋ ਜਾਂਦਾ ਹੁੰਦਾ ਸੀ ਜਦੋਂ ਮੈਂ ਆਇਆ ਸੀ। ਸਵੇਰੇ ਉੱਠਣਾ ਸਵੇਰੇ 9 ਵਜੇ ਵੀ ਨਾ ਹਨੇਰਾ ਹੀ ਹੋਇਆ ਕਰਨਾ, 8-9 ਵਜੇ ਅਤੇ ਹਨੇਰਾ ਹੀ ਹੋਇਆ ਕਰਨਾ ਸਵੇਰ ਅਤੇ ਸ਼ਾਮਾਂ ਨੂੰ ਵੀ 4 ਵਜੇ ਬਿਲਕੁਲ ਹਨੇਰਾ ਹੋ ਜਾਂਦਾ ਹੁੰਦਾ ਸੀ। ਸਿਆਲ 'ਚ ਦਿਨ ਇੱਦਾਂ ਦੇ ਹੋ ਜਾਂਦੇ, ਅਤੇ ਗਰਮੀਆਂ ਦੇ ਵਿੱਚ ਨਾ ਜਿੱਦਾਂ ਰਾਤ ਦੇ 12-1 ਵਜੇ ਵੀ 12 ਵਜੇ ਵੀ ਐਂ ਚਾਨਣੀ ਹੁੰਦਾ ਸਾਰਾ ਕੁਝ ਬਿਲਕੁਲ, ਜਿੱਦਾਂ ਵੀ 10-11 ਵਜੇ ਤੱਕ ਤਾਂ ਸੂਰਜ ਹੀ ਚੜਿਆ ਰਹਿੰਦਾ ਹੁੰਦਾ ਸੀ, ਅਤੇ ਇੱਦਾਂ ਵਾ ਇੱਥੇ ਹੁੰਦਾ। ਅਤੇ 11-11 ਵਜੇ ਤੱਕ ਸੂਰਜ ਚੜਿਆ ਰਹਿਣਾ, ਸਵੇਰੇ ਤੜਕੇ ਉੱਠਣਾ 4-5 ਵਜੇ ਤਾਂ ਵੀ ਸੂਰਜ ਚੜਿਆ ਹੀ ਮਿਲਣਾ, ਵੀ ਜਿੱਦਾਂ ਰਾਤ ਪੈਂਦੀ ਹੀ ਨਹੀਂ ਇੱਦਾਂ ਹੁੰਦਾ ਗਰਮੀਆਂ ਦੇ ਵਿੱਚ, ਅਤੇ ਸਿਆਲ 'ਚ ਇੱਦਾਂ ਹੁੰਦਾ ਕਿ ਦਿਨ ਚੜ੍ਹਦਾ ਹੀ ਨਹੀਂ ਜਿੱਦਾਂ, ਅਤੇ ਇਸ ਚੀਜ਼ ਦਾ ਮੈਨੂੰ ਨਹੀਂ ਸੀ ਪਤਾ। ਮੈਂ ਬੜਾ ਹੈਰਾਨ ਜਿਹਾ ਹੋਇਆ ਸੀ ਪਹਿਲਾਂ ਜਦੋਂ ਵੀ ਮੈਂ ਇੱਥੇ ਆਇਆ ਸੀ। ਬਾਕੀ ਨਜ਼ਾਰੇ ਲੈ ਰਹੇ ਹਾਂ, ਇਹ ਝੂਟੇ ਲੈ ਰਹੇ ਹਾਂ ਹੁਣ। ਭਾਅ ਜੀ ਹੋਣੀ ਗਏ ਥੱਕ, ਹਨੇਰਾ ਵੀ ਕਾਫੀ ਹੋ ਗਿਆ, ਅਤੇ ਆਪਾਂ ਹੁਣ ਚੱਲ, ਅਤੇ ਹੁਣ ਆਪਾਂ ਬੈਠ ਕੇ ਗੱਡੀ 'ਚ ਫਿਰ ਮਿਲਦੇ ਹਾਂ। ਸਭ ਸਹੀ ਕਰਾਤਾ ਨੇ ਮੈਨੂੰ ਤਾਂ, ਆਪ ਵੀ ਭਾਅ ਜੀ ਹੋਣੀ ਥੱਕ ਗਏ ਨੇ ਅਤੇ ਮੈਨੂੰ ਵੀ ਥਕਾਤਾ। ਉੱਥੋਂ ਹੋ ਕੇ ਹੁਣ ਆਪਾਂ ਆ ਗਏ ਹਾਂ, ਇੱਥੇ ਰੁਕੇ ਹਾਂ ਕਿਤੇ, ਉੱਥੇ ਖਾਂਦੇ ਪੀਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਘਰ ਨੂੰ। ਅਤੇ ਜਾਂਦੇ ਟਾਈਮ ਦਾ ਥੋੜ੍ਹਾ ਬਹੁਤ ਦੇ ਦਿਖਾਉਣਾ ਆਇਆ, ਠੀਕ ਹੈ, ਨਹੀਂ ਤਾਂ ਧੰਨਵਾਦ, ਬਾਏ ਬਾਏ ਹੁਣ ਤੋਂ ਹੀ।